ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਬਣੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਵਿੱਚ ਸਾਨੂੰ ਦੇਖ ਤੇ ਸੁਣ ਰਹੇ ਆ, ਉਹਨਾਂ ਸਭ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਰਸ, ਨਿਊਯਾਰਕ ਬੇਸਡ ਸਿੱਖ ਰਾਈਟਸ ਗਰੁੱਪ ਸਿੱਖਸ ਫੋਰ ਜਸਟਿਸ ਵੱਲੋਂ 2020 ਰੈਫਰੈਂਡਮ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਸਿੱਖਸ ਫੋਰ ਜਸਟਿਸ ਵੱਲੋਂ ਇਹ ਐਲਾਨ ਕੀਤਾ ਗਿਆ ਕਿ 2020 ਦੇ ਵਿੱਚ ਸਿੱਖ ਰੈਫਰੈਂਡਮ ਕਰਵਾਇਆ ਜਾਵੇਗਾ, ਇੱਕ ਨੋਨ ਬਾਈਂਡਿੰਗ ਸਿੱਖ ਰੈਫਰੈਂਡਮ ਜਿਹਦੇ ਵਿੱਚ ਸਿੱਖਾਂ ਦੀਆਂ ਵੋਟਾਂ ਪਵਾਈਆਂ ਜਾਣਗੀਆਂ ਸਵੈ ਨਿਰਣੇ ਦੇ ਹੱਕ ਦੇ ਲਈ ਕਿ ਪੰਜਾਬ ਨੂੰ, ਖਾਲਿਸਤਾਨ ਨੂੰ ਆਜ਼ਾਦ ਕਰਵਾਇਆ ਜਾਵੇ। ਇਸੇ ਮੁਹਿੰਮ ਦੇ ਤਹਿਤ ਅਸੀਂ ਦੇਖ ਰਹੇ ਹਾਂ, ਅੱਜ ਖਬਰਾਂ ਦੇ ਵਿੱਚ ਵੀ ਸਾਡੇ ਸਾਹਮਣੇ ਹੈ ਕਿ ਆਉਂਦੀ 12 ਅਗਸਤ ਨੂੰ ਲੰਡਨ ਦੇ ਵਿੱਚ ਟ੍ਰਫਾਲਗਰ ਸਕੁਏਅਰ ਦੇ ਮੁਕਾਮ ਦੇ ਉੱਤੇ ਲੰਡਨ ਡੈਕਲਰੇਸ਼ਨ ਦਾ ਜਿਹੜੀ ਕਾਲ ਹੈਗੀ ਆ ਉਹ ਸਿੱਖਸ ਫੋਰ ਜਸਟਿਸ ਵੱਲੋਂ ਦਿੱਤੀ ਗਈ ਹੈ। ਇਸ ਪ੍ਰੋਗਰਾਮ ਦੇ ਲਈ ਸਿੱਖਸ ਫੋਰ ਜਸਟਿਸ ਦੇ ਜਿਹੜੇ ਨੁਮਾਇੰਦੇ ਨੇ ਉਹ ਵੱਖ ਵੱਖ ਪਲੈਟਫਾਰਮਸ ਦੇ ਰਾਹੀਂ ਇਸ ਵਕਤ ਉਹਨਾਂ ਨੇ ਮੁਹਿੰਮ ਵਿੱਢੀ ਹੋਈ ਹੈ ਅਤੇ ਇਸੇ ਜਿਹੜੀ 12 ਅਗਸਤ ਨੂੰ ਜਿਹੜਾ ਇਹ ਟ੍ਰਫਾਲਗਰ ਸਕੁਏਅਰ ਦੇ ਵਿੱਚ ਲੰਡਨ ਡੈਕਲਰੇਸ਼ਨ ਔਨ ਰੈਫਰੈਂਡਮ 2020 ਦਾ ਰੈਲੀ ਜਿਹੜੀ ਹੈਗੀ ਹੈ ਜਿਹਨੂੰ ਲੀਡ ਕੀਤਾ ਜਾ ਰਿਹਾ ਸਿੱਖਸ ਫੋਰ ਜਸਟਿਸ ਵੱਲੋਂ, ਇਹਦੇ ਵਿਰੋਧ ਦੇ ਵਿੱਚ ਭਾਰਤ ਸਰਕਾਰ ਵੱਲੋਂ ਡਿਪਲੋਮੈਟਿਕ ਪ੍ਰੋਟੈਸਟ ਦਰਜ ਕਰਵਾਇਆ ਗਿਆ। ਬਰਤਾਨੀਆ ਦੀ ਸਰਕਾਰ ਦੇ ਕੋਲ ਮੰਗ ਕੀਤੀ ਗਈ ਹੈ ਕਿ ਇਹ ਜਿਹੜਾ ਪ੍ਰੋਗਰਾਮ, ਜਿਹੜੀ ਰੈਲੀ ਲੰਡਨ ਦੇ ਵਿੱਚ ਹੋਣ ਜਾ ਰਹੀ ਹੈ, ਇਹਨੂੰ ਨਾ ਹੋਣ ਦਿੱਤਾ ਜਾਵੇ, ਇਹਦੀ ਇਜਾਜ਼ਤ ਨਾ ਦਿੱਤੀ ਜਾਵੇ ਸਰਕਾਰ ਵੱਲੋਂ। ਸੋ ਜਿਹੜੀ ਇਹ ਟਸਲ ਹੈਗੀ ਹੈ ਸਿੱਖਾਂ ਦੀ ਆਜ਼ਾਦੀ ਦੀ ਗੱਲ ਹੈ, ਇਹ ਕਿਸ ਮੁਕਾਮ 'ਤੇ ਅੱਜ ਖੜੀ ਹੈ ਅਤੇ ਖਾਸ ਤੌਰ 'ਤੇ ਜਿਹੜੀ ਲੰਡਨ ਡੈਕਲਰੇਸ਼ਨ ਹੈਗੀ ਹੈ ਇਹਦਾ ਮਕਸਦ ਕੀ ਹੈ, ਮਨੋਰਥ ਕੀ ਹੈ, ਮੰਤਵ ਕੀ ਹੈ, ਇਹ ਸਾਰੇ 'ਤੇ ਅੱਜ ਅਸੀਂ ਗੱਲਬਾਤ ਕਰਾਂਗੇ ਅਤੇ ਜਿਹੜੀਆਂ ਡਿਵੈਲਪਮੈਂਟਸ ਪਿਛਲੇ ਕੁਝ ਦਿਨਾਂ ਦੇ ਵਿੱਚ ਸਾਡੇ ਸਾਹਮਣੇ ਆਈਆਂ ਨੇ ਉਹਨਾਂ ਦੇ ਜਵਾਬ ਅਸੀਂ ਸਿੱਖਸ ਫੋਰ ਜਸਟਿਸ ਦੇ ਜਿਹੜੇ ਲੀਗਲ ਐਡਵਾਈਜ਼ਰ ਨੇ ਗੁਰਪਤਵੰਤ ਸਿੰਘ ਪੰਨੂ, ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਉਹ ਇਸ ਵਕਤ ਲੰਡਨ ਦੇ ਵਿੱਚ ਮੌਜੂਦ ਨੇ, ਇਸ ਰੈਲੀ ਦੇ ਸੰਬੰਧੀ ਉਹ ਉੱਥੇ ਪਹੁੰਚੇ ਹੋਏ ਨੇ, ਸੋ ਉੱਥੋਂ ਸਾਡੇ ਨਾਲ ਫੋਨ ਲਾਈਨ 'ਤੇ ਜੁੜੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਪੰਨੂ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰ ਵੀ ਭਾਈ, ਤੁਹਾਨੂੰ ਵੀ ਤੇ TV84 ਵੇਖਣ ਵਾਲੇ ਦੇਸ਼ ਵਿਦੇਸ਼ਾਂ ਵਿੱਚ ਬੈਠੇ ਮੇਰੇ ਭੈਣਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਨੂ ਸਾਹਿਬ, ਜਿਵੇਂ ਕਿ ਲੰਡਨ ਡੈਕਲਰੇਸ਼ਨ ਦੀ ਜਿਹੜੀ ਤੁਹਾਡੀ ਕਾਲ ਦਿੱਤੀ ਹੋਈ ਹੈ, ਇਹਦੇ 'ਤੇ ਭਾਰਤ ਸਰਕਾਰ ਨੇ ਓਫੀਸ਼ੀਅਲੀ ਜਿਹੜਾ ਹੈਗਾ ਉਹ ਪ੍ਰੋਟੈਸਟ ਦਰਜ ਕਰਵਾਇਆ ਬਰਤਾਨੀਆ ਸਰਕਾਰ ਕੋਲ, ਜਿਹੜੇ ਉਹਨਾਂ ਦੇ ਸਪੋਕਸਮੈਨ ਹੈਗੇ ਨੇ ਉਹਨਾਂ ਦਾ ਕਹਿਣਾ ਹੈਗਾ, ਵਿਦੇਸ਼ ਮੰਤਰਾਲੇ ਦੇ ਉਹਨਾਂ ਨੇ ਉਹਨਾਂ ਦਾ ਕਹਿਣਾ ਕਿ ਇਹ ਸਮਾਗਮ ਜਿਹੜਾ ਹੈਗਾ ਹੋਣ ਜਾ ਰਿਹਾ ਉਹ ਨਫ਼ਰਤ ਫੈਲਾਉਣ ਵਾਲਾ, ਕੁਝ ਫ੍ਰਿੰਜ ਐਲੀਮੈਂਟਸ ਹੈਗੇ ਨੇ ਜਿਹੜੇ ਨਫ਼ਰਤ ਨੂੰ ਹਵਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ, ਅਤੇ ਜੇ ਇਹ ਸਮਾਗਮ ਹੁੰਦਾ ਤਾਂ ਭਾਰਤ ਅਤੇ ਬਰਤਾਨੀਆ ਦੇ ਜਿਹੜੇ ਦੁਵੱਲੇ ਸੰਬੰਧ ਨੇ ਉਹਨਾਂ 'ਤੇ ਇਹਦਾ ਅਸਰ ਪੈ ਸਕਦਾ। ਸੋ ਜਿਹੜੀ ਇਹ ਨਫ਼ਰਤ ਫੈਲਾਉਣ ਦੀ ਨੀਤੀ ਦੀ ਗੱਲ ਕਰਦੀ ਹੈ ਭਾਰਤ ਸਰਕਾਰ, ਤੁਹਾਡਾ ਸਿੱਖਸ ਫੋਰ ਜਸਟਿਸ ਵੱਲੋਂ ਉਹਦਾ ਕੀ ਜਵਾਬ ਹੈ? ਤੁਸੀਂ ਉਹਦੇ ਰਿਐਕਸ਼ਨ ਦੇ ਵਿੱਚ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਸਿੱਖਸ ਫੋਰ ਜਸਟਿਸ ਦੀ ਜਿਹੜੀ ਮੁਹਿੰਮ ਹੈ ਉਹ ਅਸੀਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੇ ਉੱਤੇ ਅਰਦਾਸ ਕਰਕੇ ਸ਼ੁਰੂ ਕੀਤੀ ਹੋਈ ਹੈ ਜੀ, ਔਰ ਜਿਸ ਦਾ ਮਕਸਦ ਇਹ ਹੈ ਕਿ ਜਿੱਥੇ ਵੀ ਬੇਇਨਸਾਫੀ ਹੋਈ ਹੈ ਉੱਥੇ ਇਨਸਾਫ ਦੀ ਆਵਾਜ਼ ਬੁਲੰਦ ਕਰਨ ਵਾਸਤੇ, ਔਰ ਅੱਜ ਜੋ ਦੇਸ਼ ਪੰਜਾਬ ਦੇ ਵਿੱਚ ਗ੍ਰੰਥ ਤੇ ਪੰਥ
ਸਿੱਖ ਕੌਮ ਦਾ ਜੋ ਮਹਿਫੂਜ਼ ਨਹੀਂ ਹੈ, ਪੰਜਾਬ ਨੂੰ ਇੱਕ ਵਾਰ ਦੁਬਾਰਾ ਆਜ਼ਾਦ ਕਰਾ ਕੇ ਖਾਲਿਸਤਾਨ ਦਾ ਰਾਜ ਕਾਇਮ ਕਰਨ ਵਾਸਤੇ ਜੀ ਅਸੀਂ ਲੰਡਨ ਐਲਾਨਨਾਮਾ ਭਾਰਤ ਦੇ 72ਵੇਂ ਆਜ਼ਾਦੀ ਦਿਵਸ ਤੋਂ ਪਹਿਲਾਂ ਐਲਾਨ ਕੀਤਾ ਹੈ ਜੀ। ਔਰ ਤੁਸੀਂ ਇਹ ਸੋਚ ਸਕਦੇ ਹੋ, ਸਮਝ ਸਕਦੇ ਹੋ, ਔਰ ਇਸ ਦੇ ਉੱਤੇ ਤੁਹਾਨੂੰ ਸਾਰੀ ਸਿੱਖ ਕੌਮ ਨੂੰ, ਪੰਜਾਬ ਨੂੰ ਗੌਰ ਵੀ ਕਰਨਾ ਪੈਣਾ ਹੈ ਕਿ ਉਹ ਭਾਰਤ ਦੀ ਦਹਿਸ਼ਤਗਰਦ ਹਕੂਮਤ ਜਿਸ ਨੇ ਪੰਜਾਬ ਦੇ ਵਿੱਚ ਇੱਕ ਨੌਜਵਾਨੀ ਦਾ ਘਾਣ ਕੀਤਾ ਔਰ ਪੰਜਾਬ ਸ਼ਮਸ਼ਾਨ ਘਾਟ ਦੇ ਵਿੱਚ ਬਣਾ ਦਿੱਤਾ, ਉੱਥੇ ਤਾਂ ਆਵਾਜ਼ ਜੇ ਕੋਈ ਚੁੱਕਦਾ ਹੈ ਤੇ ਉਸ ਦੇ ਉੱਤੇ ਪਿਛਲੇ 2 ਜਾਂ 3 ਸਾਲਾਂ ਤੋਂ ਜਿਹੜੇ ਰੈਫਰੈਂਡਮ 2020 ਦੇ ਕਾਰਕੁਨ ਹੈ ਉਹਨਾਂ ਦੇ ਉੱਤੇ ਕੇਸ ਪਾ ਕੇ ਬੰਦ ਕਰ ਦਿੱਤਾ ਜਾਂਦਾ ਹੈ। ਔਰ ਅੱਜ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਦੋਂ ਲੰਡਨ ਦੇ ਵਿੱਚ ਟ੍ਰਫਾਲਗਰ ਸਕੁਆਇਰ 'ਚ ਐਲਾਨਨਾਮਾ ਹੋਵੇਗਾ ਤਾਂ ਇਹੀ ਦਹਿਸ਼ਤਗਰਦ ਹਕੂਮਤ ਸਿੱਖ ਕੌਮ ਦੀ ਆਵਾਜ਼ ਬਾਹਰ ਬੈਠੇ ਮੁਲਕਾਂ ਦੇ ਵਿੱਚ ਵੀ ਬੰਦ ਕਰਵਾਉਣਾ ਚਾਹੁੰਦੀ ਹੈ ਜੀ। ਪਰ ਜਿਵੇਂ ਕਿ ਤੁਸੀਂ ਇਹ ਵੀ ਵੇਖਿਆ ਕਿ ਬ੍ਰਿਟਿਸ਼ ਦੀ ਸਰਕਾਰ ਨੇ ਇੱਕ ਬਹੁਤ ਕਾਨੂੰਨੀ ਤੇ ਠੋਕਵਾਂ ਜਵਾਬ ਇਹ ਦਿੱਤਾ ਕਿ ਲੰਡਨ ਐਲਾਨਨਾਮਾ ਜੋ ਰੈਫਰੈਂਡਮ 2020 ਗੈਰ ਸਰਕਾਰੀ ਰੈਫਰੈਂਡਮ 2020 ਬਾਰੇ ਹੋ ਰਿਹਾ ਜੀ ਉਹ ਇੱਕ ਲੋਕਤੰਤਰਕ ਤਰੀਕੇ ਨਾਲ ਹੋ ਰਿਹਾ, ਉਸ ਨੂੰ ਬੰਦ ਨਹੀਂ ਕੀਤਾ ਜਾਏਗਾ ਜਿੰਨੀ ਦੇਰ ਤੱਕ ਐਲਾਨਨਾਮੇ ਵਿੱਚ ਜਾਂ ਉਹ ਧਿਰਾਂ ਜੋ ਕਰਵਾ ਰਹੀਆਂ ਕਿਸੇ ਵੀ ਵਾਇਲੈਂਸ, ਹੇਟ ਕ੍ਰਾਈਮਸ ਜਾਂ ਦੂਸਰੇ ਇਹੋ ਜਿਹੀ ਪ੍ਰਕਿਰਿਆ ਦਾ ਸਾਥ ਨਹੀਂ ਦਿੰਦੇ। ਸੋ ਖੁੱਲੇ ਆਮ ਭਾਰਤ ਦੀ ਹਕੂਮਤ ਨੂੰ ਇੱਕ ਚੈਲੰਜ ਕਰ ਦਿੱਤਾ ਗਿਆ ਸਿੱਖਸ ਫਾਰ ਜਸਟਿਸ ਦੀ ਮੁਹਿੰਮ ਵੱਲੋਂ ਔਰ ਈਵਨ ਬ੍ਰਿਟਿਸ਼ ਸਰਕਾਰ ਵੱਲੋਂ ਜੀ। ਪੰਨੂ ਸਾਹਿਬ, ਜਿਵੇਂ ਬਰਤਾਨੀਆ ਸਰਕਾਰ ਦਾ ਜਵਾਬ ਜਿਹੜਾ ਹੈਗਾ ਉਹ ਤੁਸੀਂ ਵੀ ਦੱਸਿਆ ਅਤੇ ਮੀਡੀਆ ਦੇ ਵਿੱਚ ਵੀ ਇਹ ਗੱਲ ਜਗ ਜ਼ਾਹਰ ਹੋਈ ਹੈ, ਪਰ ਜਦੋਂ ਅਸੀਂ ਬਰਤਾਨੀਆ ਸਰਕਾਰ ਦੀ ਇਨਵੋਲਵਮੈਂਟ 1984 ਦੇ ਅਟੈਕ ਵੇਲੇ ਘੱਲੂਘਾਰੇ ਵੇਲੇ ਦੇਖਦੇ ਹਾਂ, ਉਹਦਾ ਰੋਲ ਅਟੈਕ ਦੇ ਵਿੱਚ ਵੀ ਸਾਡੇ ਸਾਹਮਣੇ, ਹਾਲਾਂਕਿ ਉਹਦੀ ਡੀਟੇਲਸ ਨਹੀਂ ਆਈਆਂ ਹੈਗੀਆਂ, ਪਰ ਉਹ ਤੋਂ ਬਾਅਦ ਜਿਹੜੇ ਪ੍ਰੋਗਰਾਮ ਜਾਂ ਜਿਹੜੇ ਪ੍ਰੋਟੈਸਟ ਰੈਲੀਜ਼ ਵਗੈਰਾ 1984 ਦੇ ਅਟੈਕ ਤੋਂ ਬਾਅਦ ਉੱਥੇ ਹੋਣੇ ਸੀ, ਉਹਨਾਂ ਨੂੰ ਦੱਬਣ ਦੀ ਲਾਈਨ ਵੀ ਜਿਹੜੀ ਬਰਤਾਨੀਆ ਸਰਕਾਰ ਵੱਲੋਂ ਉਸ ਵਕਤ ਲਈ ਗਈ ਸੀ। ਸੋ ਅੱਜ ਤੁਹਾਨੂੰ ਲੱਗਦਾ ਵੀ ਜਦੋਂ ਉਸੇ ਤਰ੍ਹਾਂ ਦੀ ਸਿਚੁਏਸ਼ਨ ਹੈਗੀ ਹੈ ਕਿ ਉਹੀ ਭਾਰਤ ਸਰਕਾਰ ਹੈ, ਉਹੀ ਸਿੱਖ ਨੇ, ਉਹ ਆਪਣੀ ਆਜ਼ਾਦੀ ਦੀ ਗੱਲ, ਪ੍ਰੋਟੈਸਟ ਦੀ ਗੱਲ, ਵਿਰੋਧ ਦੀ ਗੱਲ ਉੱਥੇ ਉਸ ਲੰਡਨ ਸ਼ਹਿਰ ਦੇ ਵਿੱਚ ਕਰਨ ਜਾ ਰਹੇ ਨੇ, ਤਾਂ ਅੱਜ ਜਿਹੜੀ ਬਰਤਾਨੀਆ ਸਰਕਾਰ ਹੈਗੀ ਹੈ ਉਹ ਕਿੱਥੇ ਖਲੋਵੇਗੀ? ਦੇਖੋ ਜਿਹੜਾ ਅਰਜੀਤ ਭਾਜੀ ਤੁਸੀਂ ਮਸਲਾ ਚੱਕਿਆ ਉਹ ਬਹੁਤ ਮਸਲਾ ਗੰਭੀਰ ਹੈ ਕਿ ਬ੍ਰਿਟਿਸ਼ ਦੀ ਸਰਕਾਰ ਨੇ 1984 ਦੇ ਵਿੱਚ ਜਿਹੜੀ ਉਹਨਾਂ ਦੀ SAS ਅਲੀਟ ਫੋਰਸ ਹੈ ਉਹਨੇ ਨਿਰੀਖਣ ਕੀਤਾ ਜਾ ਕੇ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਸੀ ਉਦੋਂ ਉਹਨਾਂ ਦੇ 2 ਜਵਾਨ ਉੱਥੇ ਪਹੁੰਚੇ ਜੀ ਔਰ ਉਹਨਾਂ ਦਾ ਹੱਥ ਬ੍ਰਿਟਿਸ਼ ਸਰਕਾਰ ਦਾ, ਈਵਨ ਉਹਨਾਂ ਦਾ ਉੱਥੇ ਜਾਣਾ ਜਿਹੜਾ ਹੈ ਅਸੀਂ ਉਹ ਕੰਡੈਮ ਕਰਦੇ ਹਾਂ ਕਿ ਬ੍ਰਿਟਿਸ਼ ਦੀ ਸਰਕਾਰ ਨੂੰ ਇਹ ਨਹੀਂ ਸੀ ਕਰਨਾ ਚਾਹੀਦਾ। ਪਰ ਦੂਸਰੇ ਪਾਸੇ ਤੁਹਾਨੂੰ ਇਹ ਵੀ ਦੇਖਣਾ ਪੈਣਾ ਹੈ ਕਿ ਕਿਤੇ ਸੂਈ ਭਾਰਤ ਦੀ ਸਰਕਾਰ ਤੋਂ ਚੁੱਕ ਕੇ ਬ੍ਰਿਟਿਸ਼ ਦੇ ਉੱਤੇ ਤਾਂ ਨਹੀਂ ਰੱਖੀ ਜਾ ਰਹੀ, ਕਿਉਂਕਿ ਦਰਬਾਰ ਸਾਹਿਬ ਦੀ
ਅਟੈਕ ਦੇ ਵਿੱਚ ਭਾਰਤ ਦੀ 70,000 ਦੀ ਫੌਜ ਤੇ ਟੈਂਕ ਤੇ ਤੋਪਾਂ ਚੜ ਕੇ ਆਈ ਸੀ ਜੀ। ਔਰ ਤਖਤ ਦੇ ਉੱਤੇ ਜਿਹੜੇ ਗੋਲੇ ਆ ਉਹ ਭਾਰਤੀ ਹਕੂਮਤ ਦੀ ਆਰਮੀ ਤੇ ਜਵਾਨਾਂ ਨੇ ਮਾਰੇ ਸੀ। ਤੁਹਾਨੂੰ ਇਹ ਦੇਖਣਾ ਪੈਣਾ ਕਿ ਕਿਤੇ ਅੱਜ ਇਹ ਭਾਰਤ ਦੀ ਸਰਕਾਰ ਆਪਣੀ ਚਾਲਾਂ ਦੇ ਨਾਲ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਉੱਤੇ ਹਮਲੇ ਨੂੰ ਆਪਣੀ ਸੂਈ ਚੁੱਕ ਕੇ ਬ੍ਰਿਟਿਸ਼ ਸਰਕਾਰ ਵੱਲ ਰੱਖਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੀ ਜੀ। ਜੋ ਉਹਨਾਂ ਦਾ ਹੱਥ ਸੀ ਉਹ ਨਿੰਦਣ ਯੋਗ ਹੈ, ਉਦੋਂ ਵੀ ਸੀ ਔਰ ਅੱਜ ਵੀ ਹੈ। ਪਰ ਆਪਾਂ ਨੂੰ ਇਹ ਸਮਝ ਲੈਣਾ ਪੈਣਾ ਔਰ ਹਾਲਾਤ ਸਰਕਾਰਾਂ ਤੇ ਸਟ੍ਰੈਟਜੀ ਜਿਹੜੀ ਆ ਉਹ ਬਦਲਦੀ ਰਹਿੰਦੀ ਹੈ ਜੀ। ਲੰਡਨ ਐਲਾਨਨਾਮੇ ਦੇ ਉੱਤੇ ਅਸੀਂ ਤੁਹਾਨੂੰ ਉਹ ਦੱਸ ਸਕਦੇ ਹਾਂ ਜੋ ਖਬਰਾਂ ਦੇ ਵਿੱਚ ਬਿਲਕੁਲ ਖੁੱਲ੍ਹੇਆਮ ਸਾਹਮਣੇ ਆਇਆ ਜੀ। ਔਰ ਉਹਨਾਂ ਦੀ ਬ੍ਰਿਟਿਸ਼ ਹਾਈ ਕਮਿਸ਼ਨ ਨੇ ਇਹ ਆਖਿਆ ਕਿ ਲੰਡਨ ਐਲਾਨਨਾਮਾ ਲੋਕਤੰਤਰ ਤੇ ਸ਼ਾਂਤਮਈ ਤਰੀਕੇ ਨਾਲ ਜੋ ਕਰਵਾਇਆ ਜਾ ਰਿਹਾ ਉਹਨੂੰ ਰੋਕਿਆ ਨਹੀਂ ਜਾ ਸਕਦਾ, ਕਿਉਂਕਿ ਬ੍ਰਿਟੇਨ ਦੇ ਵਿੱਚ, ਯੂਨਾਈਟਿਡ ਕਿੰਗਡਮ ਦੇ ਵਿੱਚ, ਇੰਗਲੈਂਡ ਦੇ ਵਿੱਚ ਆਪਣੇ ਵਿਚਾਰਾਂ ਦੀ, ਰਾਜਨੀਤਿਕ ਵਿਚਾਰਾਂ ਦੀ ਖੁੱਲ ਹੈ, ਚਾਹੇ ਉਹ ਸਰਕਾਰਾਂ ਦੇ ਖਿਲਾਫ ਹੀ ਕਿਉਂ ਨਾ ਹੋਣ ਜੀ। ਪਰ ਦੂਸਰੇ ਪਾਸੇ ਉਹੀ ਭਾਰਤ ਦੀ ਹਕੂਮਤ ਵੇਖ ਲਓ ਤੇ ਉਹੀ ਭਾਰਤ ਦੀ ਹਕੂਮਤ ਜਾਂ ਸੰਵਿਧਾਨ ਹੇਠ ਚੱਲੀਆਂ ਰਾਜਨੀਤਿਕ ਪਾਰਟੀਆਂ, ਚਾਹੇ ਉਹ ਸਿੱਖ ਪ੍ਰਤੀ ਆਪਣੇ ਆਪ ਨੂੰ ਦੱਸਦੀਆਂ ਕਿ ਉਹਨਾਂ ਨੇ 2014 ਤੋਂ 2015 ਤੋਂ ਸਿੱਖ ਕਾਰਕੁਨ ਲਗਾਤਾਰ ਚੁੱਕ ਕੇ ਤਸ਼ੱਦਦ ਕੀਤੇ ਜਾਂਦੇ ਆ, ਉਹ ਵੀ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਤਸ਼ੱਦਦ ਕੀਤੇ ਜਾਂਦੇ ਆ ਜੀ। ਪਰ ਜਦੋਂ ਆਪਣੀਆਂ ਹੀ ਰਾਜਨੀਤਿਕ ਪਾਰਟੀਆਂ ਆਪਣੇ ਹੀ ਸਿੱਖ ਕੌਮ ਦੇ ਨੌਜਵਾਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਕਰਦੀਆਂ ਕਿ ਉਹ ਇੱਕ ਅਲੱਗ ਕੰਪੇਨ ਦੇ ਨਾਲ ਹੈ ਤੇ ਦੂਸਰੀ ਤੇ ਦੂਸਰੀ ਕੰਪੇਨ ਨਾਲ ਹੈ, ਤਾਂ ਫਿਰ ਚਿਹਰਾ ਜਿਹੜਾ ਉਹ ਅੱਜ ਸਾਹਮਣੇ ਤੁਹਾਨੂੰ ਨਜ਼ਰ ਦਿਸਣਾ ਚਾਹੀਦਾ ਜੀ। ਕੋਈ ਵੀ ਕੌਮ, ਕੋਈ ਵੀ ਕੰਪੇਨ, ਕੋਈ ਵੀ ਮੁਹਿੰਮ ਝੂਠ ਦੇ ਉੱਤੇ ਨਹੀਂ ਚੱਲ ਸਕਦੀ। ਔਰ ਅੱਜ ਇਹ ਸੱਚ ਸਾਬਤ ਹੋ ਰਿਹਾ ਕਿ ਸਿੱਖ ਫਾਰ ਜਸਟਿਸ ਦੀ ਮੁਹਿੰਮ ਜਿਹੜੀ 2007 ਤੋਂ ਖੁੱਲੇ ਆਮ ਵਿਚਰ ਕੇ ਅਸੀਂ ਦੁਨੀਆਂ ਦੇ ਵਿੱਚ ਘਰ ਘਰ ਜਾ ਕੇ ਸਿੱਖ ਵਿਰੋਧੀ ਦੰਗਿਆਂ ਨੂੰ ਸਿੱਖ ਨਸਲ ਕੁਸ਼ੀ ਪ੍ਰਮਾਣਿਤ ਕਰਵਾ ਦੇਣਾ, ਤੇ 2014 ਤੋਂ ਲੈ ਕੇ ਉਸ ਮੁੱਦੇ ਨੂੰ, ਉਸ ਕੇਂਦਰ ਨੂੰ, ਉਸ ਖਾਲਿਸਤਾਨ ਦੇ ਵਿਸ਼ੇ ਨੂੰ ਜਿਸ ਨੂੰ ਇੱਕ ਬਿੰਦੂ ਬਣਾ ਕੇ, ਇੱਕ ਸਰਕਲ ਬਣਾ ਕੇ ਸਾਰੀ ਕੌਮ ਨੂੰ ਆਲੇ ਦੁਆਲੇ ਘੁਮਾਇਆ ਜਾ ਰਿਹਾ ਸੀ ਕਿ ਖਾਲਿਸਤਾਨ ਚਾਹੀਦਾ। ਸਵਾਲ ਇਹ ਉੱਠਦਾ ਕਿ ਅਪ੍ਰੈਲ 1986 ਦਾ ਸਰਬੱਤ ਖਾਲਸਾ ਯਾਦ ਕਰੋ ਜਿਹਦੇ ਲਈ ਆਪਾਂ ਸਾਰੇ ਵਚਨਬੱਧ ਹਾਂ, ਕਿ 86 ਦੇ ਵਿੱਚ ਵਚਨਬੱਧਤਾ ਕੀਤੀ ਗਈ ਕਿ ਖਾਲਿਸਤਾਨ ਸਾਡਾ ਘਰ, ਕੌਮੀ ਘਰ ਸਾਡਾ ਗੋਲ ਹੈ। 1 ਲੱਖ ਤੋਂ ਲੈ ਕੇ 1.5 ਲੱਖ ਸਿੰਘ ਸਿੰਘਣੀਆਂ ਨੇ ਸ਼ਹਾਦਤਾਂ ਦਿੱਤੀਆਂ, 10 ਮਿਲੀਅਨ ਸਿੱਖ ਕੌਮ ਜਿਹੜੀ ਹੈ ਉਹਦੇ ਨਾਲ ਅਫੈਕਟ ਹੁੰਦੀ ਹੈ ਜੀ। ਆਪਾਂ ਕਦਮ ਕੋਈ ਉਸ ਵੱਲ ਵਧਾ ਰਹੇ ਹਾਂ ਕਿ ਉਸਨੂੰ ਕੇਂਦਰ ਬਿੰਦੂ ਬਣਾ ਕੇ ਉਹਦੇ ਆਲੇ ਦੁਆਲੇ ਕੌਮ ਨੂੰ ਘੁਮਾਇਆ ਜਾ ਰਿਹਾ। ਕੱਲੀ ਭਾਰਤੀ ਹਕੂਮਤ ਦੀ ਗੱਲ ਕਰਕੇ ਸਿੱਖ ਕੌਮ ਦਾ ਜਾਂ ਪੰਜਾਬ ਦਾ ਜਾਂ ਗ੍ਰੰਥ ਕੌਰ ਪੰਥ ਦਾ ਜਿਹੜੀ ਆਜ਼ਾਦੀ ਨਹੀਂ ਮਿਲਣੀ। ਆਪਣੇ ਘਰ ਦੇ ਵਿੱਚ ਅੱਖਾਂ ਖੋਲ ਕੇ ਆਪਾਂ ਨੂੰ ਦੇਖਣਾ ਪੈਣਾ ਕਿ ਕਿਹੜੀ ਰਾਜਨੀਤਿਕ ਪਾਰਟੀ, ਕਿਹੜਾ ਰਾਜਨੀਤਿਕ ਲੀਡਰ, ਕਿਹੜੀ ਸਿੱਖ ਕੌਮ ਦੇ ਵਾਰਸ ਤੁਹਾਡੇ ਵੱਲ ਖੜੇ ਹੈ, ਕਿਹੜੇ ਲਾਈਨ ਦੇ ਉੱਤੇ ਖੜੇ ਹੈ ਜਾਂ ਕਿਹੜੇ ਤਮਾਸ਼ਬੀਨ ਹੈ। ਇਹ ਖੁੱਲ੍ਹੇਆਮ ਤੁਹਾਨੂੰ ਅੱਜ ਦੇਖਣਾ ਪੈਣਾ
ਜੇ ਤੁਸੀਂ ਆਜ਼ਾਦੀ ਦੀ ਮੁਹਿੰਮ, ਜੇ ਤੁਸੀਂ ਲੰਡਨ ਐਲਾਨਨਾਮਾ, ਜੇ ਤੁਸੀਂ ਗੈਰ ਸਰਕਾਰੀ ਰੈਫਰੈਂਡਮ ਕਰਾ ਕੇ ਆਜ਼ਾਦੀ ਵੱਲ ਕਦਮ ਵਧਾਉਣੇ ਆ ਜੀ। ਪੰਨੂ ਸਾਹਿਬ, ਇੱਕ ਭਾਰਤ ਸਰਕਾਰ ਵੱਲੋਂ ਜਾਂ ਜਦੋਂ ਅਸੀਂ ਮੀਡੀਆ ਦੇਖਦੇ ਹਾਂ, ਭਾਰਤ ਦਾ ਜਿਹੜਾ ਮੇਨ ਸਟ੍ਰੀਮ ਮੀਡੀਆ ਹੈਗਾ, ਇੱਕ ਪ੍ਰੋਮੀਨੈਂਟ ਗੱਲ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਕਿ ਜਿਹੜੀ ਇਹ ਸਾਰੀ ਮੁਹਿੰਮ ਹੈਗੀ ਹੈ ਇਹ ਕੁਝ ਥੋੜ੍ਹੇ ਜਿਹੇ ਬੰਦੇ ਆ ਅਤੇ ਇਹਨਾਂ ਨੂੰ ਪਾਕਿਸਤਾਨ ਵੱਲੋਂ ਸਪੋਰਟ ਕੀਤੀ ਜਾਂਦੀ ਹੈ, ਖਾਸ ਤੌਰ 'ਤੇ ਜਿਹੜੀ ਪਾਕਿਸਤਾਨ ਦੀ ISI ਹੈਗੀ ਹੈ ਉਹ ਇਹਨਾਂ ਨੂੰ ਫੰਡ ਕਰਦੀ ਹੈ। ਇਹ ਗੱਲ ਡਾਇਰੈਕਟਲੀ ਉਹਨਾਂ ਵੱਲੋਂ ਕਹੀ ਜਾਂਦੀ ਹੈ, ਆਫੀਸ਼ੀਅਲੀ ਵੀ ਕਹੀ ਜਾਂਦੀ ਹੈ ਜਦੋਂ ਕਿਸੇ ਵੀ ਮੁਲਕ ਦੇ ਨੂੰ ਉਹ ਪ੍ਰੋਟੈਸਟ ਵੀ ਕਰਦੇ ਆ ਜਾਂ ਦੱਸਦੇ ਵੀ ਆ। ਸੋ ਇਸ ਨੁਕਤੇ ਨੂੰ ਤੁਸੀਂ ਕਿਵੇਂ ਡਿਫੈਂਡ ਕਰਦੇ ਹੋ ਜਾਂ ਤੁਹਾਡਾ ਇਹਦੇ ਵਿੱਚ ਜਵਾਬ ਕੀ ਹੈ ਕਿ ਸਿੱਖ ਫੋਰ ਜਸਟਿਸ ਨੂੰ ਜਾਂ ਜਿਹੜੀ ਸਿੱਖਾਂ ਦੀ ਆਜ਼ਾਦੀ ਦੀ ਗੱਲ ਹੈਗੀ ਹੈ ਉਹਨੂੰ ISI ਫੰਡ ਕਰਦੀ ਹੈ? ਦੇਖੋ, ਪਹਿਲਾਂ ਤਾਂ ਮੁੱਠੀ ਭਰ ਸਿੰਘਾਂ ਦੀ ਗੱਲ ਤੇ ਆਈਏ। ਜੇ ਗੱਲ ਹੀ ਮੁੱਠੀ ਭਰ ਸਿੰਘਾਂ ਦੀ ਹੈ ਤੇ ਫਿਰ ਭਾਰਤੀ ਹਕੂਮਤ ਨੂੰ ਲਗਾਤਾਰ ਕੈਨੇਡਾ ਵਰਗੇ ਦੇਸ਼ ਦੇ ਪ੍ਰਧਾਨ ਮੰਤਰੀ ਟਰੂਡੋ ਤੇ ਪਹੁੰਚਣ ਤੇ ਖਾਲਿਸਤਾਨ ਦੇ ਖਿਲਾਫ ਤੇ ਖਾਲਿਸਤਾਨ ਦੀ ਮੁਹਿੰਮ ਚਲਾਉਣ ਵਾਲੇ, ਰੈਫਰੈਂਡਮ ਦੀ ਮੁਹਿੰਮ ਚਲਾਉਣ ਵਾਲੇ, ਚਾਹੇ ਉਹ ਭਾਈ ਹਰਦੀਪ ਸਿੰਘ ਨਿੱਜਰ ਹੋਣ, ਚਾਹੇ ਮਲਕੀਤ ਸਿੰਘ ਫੌਜੀ ਹੋਣ ਜਾਂ ਉਹਨਾਂ ਦੇ ਦੂਜੇ ਸਾਥੀ ਹੋਣ, ਫਿਰ ਉਹ ਆਪਣੇ ਜਿਹੜੇ ਰਾਜ ਜਿਹੜੇ ਸੰਬੰਧ ਹੈ ਡਿਪਲੋਮੈਟਿਕ ਰਿਲੇਸ਼ਨ ਉਹ ਕਿਉਂ ਖਰਾਬ ਕਰ ਰਹੀਆਂ ਚੰਦ ਸਿੰਘਾਂ ਵਾਸਤੇ? ਉਹੀ ਅੱਜ ਫੈਸਲਾ ਸਿੱਖ ਕੌਮ ਜਾਂ ਤੁਸੀਂ ਕਰ ਲਓ। ਇਹ ਆਪਣੇ ਆਪ ਨੂੰ, ਇਹਨੂੰ ਕਹਿੰਦੇ ਆਪਣੇ ਆਪ ਦੇ ਨਾਲ ਝੂਠ ਬੋਲਣਾ ਜਾਂ ਕੌਮ ਦੇ ਵਿੱਚ ਝੂਠ ਫੈਲਾ ਕੇ ਭਰਮਾਉਣਾ। ਜੇ ਮੁੱਠੀ ਭਰ ਲੋਕ ਹੈ ਤੇ ਲੰਡਨ ਐਲਾਨਨਾਮਾ ਉਹਨਾਂ ਨੂੰ ਹੋਣ ਦੇਣਾ ਚਾਹੀਦਾ। ਜੇ ਹਮੇਸ਼ਾ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਾਮ ਤੇ ਇਕੱਠ ਕੀਤਾ ਜਾ ਸਕਦਾ ਉੱਥੇ, ਉਹਨੂੰ ਤਾਂ ਬੰਦ ਕਰਾਉਣ ਦੀ ਕਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ। ਜੇ ਸਰਬੱਤ ਖਾਲਸਾ 5 ਤੋਂ 7 ਲੱਖ ਸਿੰਘ ਜਿਹੜੇ ਆ ਉੱਥੇ ਪਹੁੰਚਦੇ ਆ, ਉਹਨੂੰ ਸਰਕਾਰੀ ਤੌਰ ਤੇ ਭਾਰਤੀ ਹਕੂਮਤ ਬੰਦ ਕਰਾਉਣ 'ਚ ਕਾਮਯਾਬ ਨਹੀਂ ਹੁੰਦੀ, ਤਾਂ ਲੰਡਨ ਐਲਾਨਨਾਮੇ ਦੇ ਨਾਲ ਭਾਰਤੀ ਹਕੂਮਤ ਨੂੰ ਪੰਜਾਬ ਦਾ ਬੱਚਾ ਇਸ ਗੱਲ ਤੇ ਮੁਹਿੰਮ ਦੇ ਵਿੱਚ ਖਲੋਂਦਾ ਦਿਸਦਾ, ਉਹਨੂੰ ਭਾਰਤੀ ਹਕੂਮਤ ਨੂੰ ਆਪਣੀਆਂ ਜੜ੍ਹਾਂ ਹਿਲਦੀਆਂ ਦਿਸਦੀਆਂ। ਇਹੀ ਕਾਰਨ ਹੈ ਕਿ ਉਹ ਲੰਡਨ ਐਲਾਨਨਾਮੇ ਨੂੰ ਬ੍ਰਿਟੇਨ ਦੇ ਵਿੱਚ ਬ੍ਰਿਟਿਸ਼ ਵੀ ਹੋਣ ਨਹੀਂ ਦੇਣਾ ਚਾਹੁੰਦੇ। ਰਹੀ ਗੱਲ ISI ਦੀ, ਮੈਂ ਅੱਗੇ ਵੀ ਕਿਸੇ ਪ੍ਰੋਗਰਾਮ ਦੇ ਵਿੱਚ ਆਖਿਆ ਹੈ, ਜਿਸ ਦੇਸ਼ ਦੀ ਸਰਕਾਰ ਬੈਂਕਰਪਟ ਹੋਵੇ, ਜਿਸ ਦੇਸ਼ ਦੀ ਸਰਕਾਰ ਨੂੰ 800 ਮਿਲੀਅਨ ਦਾ ਬਜਟ ਲੋਨ ਜਿਹੜਾ ਉਹ ਅਮੈਰੀਕਾ ਦੀ ਸਰਕਾਰ ਤੇ ਆਪਣੇ ਵਰਗੇ ਸਿਟੀਜ਼ਨ ਜਿਹੜੇ ਕਿ ਕੰਮ ਕਰਦੇ ਆ, 10 ਨੌਹਾਂ ਦੀ ਕਿਰਤ ਉਹਨਾਂ ਦੇ ਟੈਕਸ ਚੋਂ ਦਿੱਤਾ ਜਾਵੇ, ਉਹ ਕੀ ਫੰਡ ਕਰਨਗੇ ਰੈਫਰੈਂਡਮ 2020 ਦੀ ਮੁਹਿੰਮ ਨੂੰ? ਇਹ ਜਿਹੜੀ ਸਾਰਾ ਪ੍ਰੋਪੋਗੰਡਾ ਹੈ, ਭਾਰਤੀ ਪ੍ਰੋਪੋਗੰਡਾ, ਸਿਰਫ ਕੰਪੇਨਾਂ ਨੂੰ ਮੁਹਿੰਮ ਨੂੰ ਡੀਫੇਮ ਕਰਨ ਵਾਸਤੇ ਹੁੰਦਾ। ਪਰ ਸਾਰੀ ਕੌਮ ਜਿਹੜੀ ਹੈ ਇਸ ਵਕਤ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਜਾਗਰੂਕ ਹੋ ਚੁੱਕੀ ਹੈ। ਜਦੋਂ ਕੋਈ ਇਹੋ ਜਿਹਾ ਕਮੈਂਟ ਆਉਂਦਾ ਹੈ ਤਾਂ ਲੋਕ ਮੂੰਹ ਤੇ ਹੱਥ ਰੱਖ ਕੇ ਹੱਸਦੇ ਹੈ ਤੇ ਭਾਰਤ ਜਿਹੜਾ ਹੈ ਉਸਨੂੰ ਇਹ ਸਮਝ ਨਹੀਂ ਆਉਂਦੀ ਕਿ ਪੰਜਾਬ ਦੀ ਆਜ਼ਾਦੀ ਦੀ ਮੁਹਿੰਮ ਜਿਹੜੀ ਹੈ ਉਹਨਾਂ ਦੇ ਹੱਥਾਂ ਚੋਂ ਜਾਂ ਉਹਨਾਂ ਦੇ ਹੱਥ ਚੋਕਿਆਂ ਦੇ ਹੱਥਾਂ ਚੋਂ ਬਾਹਰ ਨਿਕਲ ਚੁੱਕੀ ਹੈ। ਉਹਨਾਂ ਨੇ 30 ਸਾਲ ਸਿੱਖ ਕੌਮ ਨੂੰ ਇਸ ਬਿੰਦੂ ਦੇ ਦੁਆਲੇ ਘੁਮਾਇਆ ਹੋਇਆ, ਜੋ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਅਸੀਂ 2014 ਤੋਂ ਖੁੱਲ੍ਹੇਆਮ ਦੇਸ਼ ਵਿਦੇਸ਼ਾਂ ਦੇ ਵਿੱਚ, ਚਾਹੇ ਉਹ ਕੈਨੇਡਾ ਦਾ ਮੁਲਕ ਦੇਖ ਲਓ, ਟਰੂਡੋ ਉੱਥੇ ਗਿਆ, ਜਨਵਰੀ ਤੋਂ ਸ਼ੁਰੂ ਹੋ ਜਾਓ, ਤੁਸੀਂ ਮੁਹਿੰਮ ਦਾ ਸਪੀਡ ਦੇਖੋ, ਤੁਸੀਂ ਮੁਹਿੰਮ ਦੀ ਗ੍ਰਾਸਰੂਟ ਲੈਵਲ ਦੀ ਸਪੋਰਟ ਵੇਖੋ ਕਿ ਬੱਚਾ ਬੱਚਾ ਅੱਜ ਪੰਜਾਬ ਦੀ ਆਜ਼ਾਦੀ ਨੂੰ, ਮੁਹਿੰਮ ਨੂੰ, ਖਾਲਿਸਤਾਨ ਨੂੰ ਜਿਹੜਾ ਜ਼ਿੰਦਾਬਾਦ ਕਹਿੰਦਾ ਜੀ। ਜੇ ਮੁੱਠੀ ਭਰ ਲੋਕ ਹੈ
ਤੇ ਭਾਰਤੀ ਹਕੂਮਤ ਜਿਹੜੀ ਹੈ ਉਹ ਫਿਰ ਰੈਫਰੈਂਡਮ ਕਿਉਂ ਨਹੀਂ ਕਰਵਾ ਲੈਂਦੀ। ਅਸੀਂ ਗੈਰ ਸਰਕਾਰੀ ਦੀ ਹਜੇ ਗੱਲ ਕਰਦੇ ਹਾਂ ਤੇ ਉਹਨਾਂ ਦੀਆਂ ਚੀਖਾਂ ਜਿਹੜੀਆਂ ਉਹ ਦੇਸ਼ ਵਿਦੇਸ਼ਾਂ ਚ ਸੁਣਦੀਆਂ। ਜੇ ਮੁੱਠੀ ਭਰ ਲੋਕ ਹੈ ਤੇ ਮੋਦੀ ਦੀ ਸਰਕਾਰ ਇੱਕ ਵਾਰਾ ਰੈਫਰੈਂਡਮ ਕਰਾ ਦੇਵੇ, ਪਤਾ ਲੱਗ ਜਾਏਗਾ ਖੁੱਲ੍ਹੇਆਮ ਕਿ ਮੁੱਠੀ ਭਰ ਲੋਕ ਹੈ ਕਿ ਪੂਰਾ ਪੰਜਾਬ ਜਿਹੜਾ ਉਹ ਆਜ਼ਾਦੀ ਚਾਹੁੰਦਾ, ਚਾਹੇ ਉਹ ਸਾਡੇ ਇਹ ਹਿੰਦੂ ਭਰਾ ਹੈ, ਚਾਹੇ ਮੁਸਲਮਾਨ ਭਰਾ ਹੈ ਜਾਂ ਕ੍ਰਿਸਚਨ ਭਰਾ ਹੈ, ਸਿੱਖ ਜਿਹੜਾ ਉਹ ਜਿਹੜਾ ਗੁਰੂ ਦਾ ਸਿੱਖ ਹੈ ਉਹ ਆਜ਼ਾਦੀ ਦੇ ਉੱਤੇ ਵਚਨਬੱਧ ਹੈ। ਹੁਣ ਅਪ੍ਰੈਲ 1986 ਦਾ ਜਿਹੜਾ ਸਰਬੱਤ ਖਾਲਸਾ ਹੋਇਆ ਉਹਦੇ ਉੱਤੇ ਵਚਨਬੱਧਤਾ ਉਹਨਾਂ ਦੀ ਜੀ। ਪੰਨੂ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਪਾਕਿਸਤਾਨ ਦੇ ਹਵਾਲੇ ਨਾਲ, ਅਸੀਂ ਗੱਲ ਕੀਤੀ ਹੈ, ਤੁਸੀਂ ਕਿਹਾ ਵੀ ਉਹ ਕੀ ਸਾਨੂੰ ਫੰਡ ਕਰਨਗੇ, ਪਰ ਮੇਰਾ ਇੱਕ ਸਵਾਲ ਥੋੜ੍ਹਾ ਜਿਹਾ ਮੈਂ ਹਟ ਕੇ ਪੁੱਛਣਾ ਚਾਹੁੰਦਾ ਇਸ ਮਾਮਲੇ ਦੇ ਵਿੱਚ ਵੀ। ਜਦੋਂ ਉਹ ਤਾਂ ਕਰਦੇ ਆ ਪ੍ਰੋਪੇਗੈਂਡਾ, ਸਮਝ ਆਉਂਦੀ ਹੈ ਕਿਸੇ ਹੱਦ ਤੱਕ, ਪਰ ਜੇ ਅਸੀਂ ਸਿੱਖਾਂ ਦੀ ਗੱਲ ਕਰਨੀ ਹੋਵੇ ਤਾਂ ਜਿਹੜਾ ਸਿੱਖ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠਾ, ਤੁਹਾਨੂੰ ਨਹੀਂ ਲੱਗਦਾ ਵੀ ਉਹਨਾਂ ਉਹ ਜਿਹੜੇ ਉੱਥੋਂ ਦੀ ਪੋਲੀਟਿਕਸ ਦੇ ਵਿੱਚ ਇਨਵੋਲਵ ਨੇ ਉਹਨਾਂ ਨੂੰ ਉੱਥੋਂ ਦੀਆਂ ਸਰਕਾਰਾਂ ਦੇ ਨਾਲ ਜਾਂ ਉਹਨਾਂ ਦੀ ਮਦਦ ਲੈਣੀ ਚਾਹੀਦੀ ਹੈ ਕਿ ਤੁਸੀਂ ਕਿਸੇ ਵੀ ਤਰੀਕੇ ਨਾਲ ਜਿਹੜੀ ਸਾਡੀ ਡਿਪਲੋਮੈਟਿਕ ਸਪੋਰਟ ਹੈਗੀ ਹੈ ਘੱਟੋ ਘੱਟ ਉਹ ਕਰੋ ਤਾਂ ਕਿ ਅਸੀਂ ਆਪਣੇ ਜਿਹੜੇ ਹੱਕ ਹੈਗੇ ਆ ਉਹ ਲੈ ਸਕੀਏ, ਭਾਵੇਂ ਪਾਕਿਸਤਾਨ ਹੋਵੇ, ਭਾਵੇਂ ਅਮਰੀਕਾ ਹੋਵੇ ਜਾਂ ਇੰਗਲੈਂਡ ਹੋਵੇ। ਦੇਖੋ, ਇਹਦੇ 'ਚ ਮੈਂ ਤੁਹਾਡੇ ਨਾਲ ਵਿਚਾਰਾਂ ਦੀ ਆਪਾਂ ਸਹਿਮਤੀ ਹੋਈਏ ਜਾਂ ਨਾ ਹੋਈਏ, ਜਿਹੜੀ ਸਰਕਾਰ ਚਾਹੇ ਉਹ ਪਾਕਿਸਤਾਨ ਦੀ ਹੈ ਚਾਹੇ ਉਹ ਅਫਗਾਨਿਸਤਾਨ ਦੀ ਹੈ, ਜਿਹੜੀ ਤੁਹਾਨੂੰ ਪਿਛਲੇ 30 ਸਾਲਾਂ 'ਚ ਕੁਛ ਨਹੀਂ ਦਵਾ ਸਕੀ, ਉਹ ਅਗਲੇ 30 ਸਾਲਾਂ 'ਚ ਕੀ ਦਵਾਏਗੀ ਜੀ? ਜਦੋਂ ਤੁਸੀਂ ਸੇਮ ਗੱਡੀ ਆਪ ਬਣਾ ਕੇ ਨਵੀਂ ਤੇ ਸੇਮ ਡਰਾਈਵਰ ਨੂੰ ਦੇ ਦੇਣੀ ਹੈ, ਫਿਰ ਤਾਂ ਖੂਹ 'ਚ ਹੀ ਡਿੱਗਣੀ ਹੈ। ਡਿਪਲੋਮੈਟਿਕ ਉਹ ਉੱਥੇ ਆਪਣਾ ਘਰ ਹੈ, ਉਹ ਮਦਦ ਡਿਪਲੋਮੈਟਿਕਲੀ ਕਿਸੇ ਵਕਤ ਕਰ ਦੇਣ ਤਾਂ ਵਾਹ ਭਲਾ, ਪਰ ਅਸੀਂ ਨਾ ਪਾਕਿਸਤਾਨ ਤੇ ਨਾ ਅਫਗਾਨਿਸਤਾਨ ਤੇ ਨਾ ਉਹਨਾਂ ਮੁਲਕਾਂ ਦੇ ਉੱਤੇ ਟੇਕ ਲਾਈ ਹੋਈ ਹੈ ਜਿਨ੍ਹਾਂ ਨੇ ਪਹਿਲਾਂ ਕੁਛ ਨਹੀਂ ਕੀਤਾ। ਅਸੀਂ ਲਾਬਿੰਗ ਦੇ ਤੌਰ ਦੇ ਉੱਤੇ ਅਮੈਰੀਕਾ, ਕੈਨੇਡਾ, ਯੂਰੋਪੀਅਨ ਯੂਨੀਅਨ ਦੇ ਦੇਸ਼ਾਂ 'ਚ ਜਾਵਾਂਗੇ ਜਿਨ੍ਹਾਂ ਦੀ ਕੋਈ ਗੱਲ ਸੁਣਦਾ, ਜਿਹੜੇ ਆਪ ਆਪਣੀ ਮੁਲਕ ਦੀ ਹਮੇਸ਼ਾ ਜਿਹੜੀ ਹੈ ਉਹਦੇ 'ਤੇ ਦਾਗ ਲੱਗਦਾ, ਉਹਨੂੰ ਬਚਾਉਣ ਵਾਸਤੇ ਦੂਸਰਿਆਂ ਕੋਲ ਭੱਜੇ ਫਿਰਦੇ ਆ, ਉਹ ਸਿੱਖ ਕੌਮ ਨੂੰ ਆਜ਼ਾਦੀ ਕਿੱਦਾਂ ਦਵਾ ਦੇਣਗੇ ਜੀ? ਪੰਨੂ ਸਾਹਿਬ, ਗੱਲ ਕਰੀਏ ਦੁਬਾਰਾ ਇੱਧਰ ਨੂੰ ਆਈਏ, 12 ਤਰੀਕ ਦਾ ਜਿਹੜਾ ਰੈਲੀ ਹੈਗੀ ਹੈ ਲੰਡਨ ਐਲਾਨਨਾਮੇ ਦੀ, ਉਹਦੀ ਗੱਲ ਕਰੀਏ। ਤੁਹਾਡੇ ਵੱਲੋਂ ਸਿੱਖ ਫਾਰ ਜਸਟਿਸ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ, ਪੰਜਾਬ ਦੇ ਵਿੱਚ ਜਿਹੜੇ ਐਕਟਿਵਿਸਟ ਹੈਗੇ ਆ ਉਹਨਾਂ ਨੂੰ ਸੱਦਾ ਦਿੱਤਾ ਗਿਆ, ਇਹ ਕਿਹਾ ਗਿਆ ਕਿ ਅਸੀਂ ਤੁਹਾਨੂੰ ਜਿਹੜੀ ਆਉਣ ਦਾ ਵੀ ਸੱਦਾ ਪੱਤਰ ਭੇਜਾਂਗੇ ਅਤੇ ਉੱਥੇ ਆਇਆਂ ਦਾ ਤੁਹਾਡਾ ਜਿਹੜਾ ਪ੍ਰਬੰਧ ਹੈਗਾ ਰਹਿਣ ਸਹਿਣ ਦਾ ਉਹ ਵੀ ਕਰਾਂਗੇ, ਜਿੱਥੇ ਸਿੱਖਸ ਫਾਰ ਜਸਟਿਸ ਦੇ ਜਿਹੜੇ ਉੱਥੇ ਕਾਰਕੁਨ ਹੈਗੇ ਆ ਉਹਨਾਂ 'ਤੇ ਕੇਸ ਪਾਏ ਜਾਂਦੇ ਆ ਜਾਂ ਉਹਨਾਂ ਨੂੰ ਉੱਥੇ ਫੜ ਕੇ ਜੇਲ੍ਹੀ ਡੱਕਿਆ ਜਾਂਦਾ, ਉੱਥੇ ਇੱਦਾਂ ਦਾ ਇੱਕ ਕਦਮ ਚੁੱਕਣਾ, ਸੱਦਾ ਪੱਤਰ ਦੇਣ ਦੀ ਗੱਲ ਕਰਨਾ ਕਿੰਨਾ ਕੁ ਜਾਇਜ਼ ਸਮਝਦੇ ਹੋ? ਇਹ ਇੱਕ ਕਿਤੇ ਪਬਲਿਸਿਟੀ ਸਟੰਟ ਕਿਹਾ ਜਾ ਸਕਦਾ ਇਹਨੂੰ ਜਾਂ ਕੀ ਕਹੋਗੇ ਇਹਨੂੰ ਤੁਸੀਂ? ਉਹਦੇ 'ਚ ਇਹਨੂੰ ਕੋਈ ਪਬਲਿਸਿਟੀ ਸਟੰਟ ਕਹਿ ਸਕਦਾ, ਕੋਈ ਇਹਨੂੰ ਕਹਿ ਸਕਦਾ ਵੀ ਮੁਹਿੰਮ ਚਲਾਉਣ ਦਾ ਤਰੀਕਾ ਜੀ। ਜੇ ਮੋਦੀ ਪਾਵਰ ਦੇ ਵਿੱਚ ਆਉਣਾ ਚਾਹੁੰਦਾ ਤੇ ਉਹ ਕਹਿ ਰਿਹਾ ਸੀਗਾ ਕਿ ਸੁਨਹਿਰੇ, ਮੇਰੇ ਕੋਲੋਂ ਹਿੰਦੀ ਉਹਦੀ ਲਫ਼ਜ਼ ਬੋਲੀ ਨਹੀਂ ਜਾਂਦੀ, ਵੀ ਸੁਨਹਿਰੇ ਦਿਨ ਆਉਣਗੇ ਜੀ। ਮੈਂ ਤਾਂ ਪਿਛਲੇ 4 ਸਾਲਾਂ 'ਚ ਕੋਈ ਸੁਨਹਿਰਾ ਦਿਨ ਵੇਖਿਆ ਨਹੀਂ, ਕਿਉਂਕਿ ਪੰਜਾਬ ਦੇ ਵਿੱਚ ਹਰ ਰੋਜ਼ ਹਰ ਮਹੀਨੇ ਘੱਟੋ ਘੱਟ 15 ਡਾਕੂਮੈਂਟਡ ਜਿਹੜੇ ਹੈ ਕਿਸਾਨ ਉਹ ਖੁਦਕੁਸ਼ੀ ਕਰਨ 'ਚ ਜਿਹੜੇ ਆ ਮਜਬੂਰ ਹੁੰਦੇ, ਤੇ ਪ੍ਰਧਾਨ ਮੰਤਰੀ ਤੇ ਇਹ ਦੇਸ਼ ਦੇ ਤੇ ਈਵਨ ਕੈਪਟਨ ਅਮਰਿੰਦਰ ਜੋ ਕਹਿੰਦਾ ਜੀ ਮੈਂ ਡਰੱਗ ਖਤਮ ਕਰ ਦਾਂਗਾ, ਗੁਟਕਾ ਸਾਹਿਬ ਤੇ ਹੱਥ ਰੱਖਦਾ, ਪਬਲਿਸਿਟੀ ਸਟੰਟ ਉਹ ਹੁੰਦੇ ਆ। ਤੁਹਾਨੂੰ ਜੇ ਦੁਨੀਆ 'ਚ ਤੁਸੀਂ ਸੱਚ ਬੋਲਣਾ ਤੁਹਾਨੂੰ ਗੁਟਕਾ ਸਾਹਿਬ ਤੇ ਜਾਂ ਇਹੋ ਜਿਹੇ ਪਖੰਡ ਕਰਨ ਦੀ ਜ਼ਰੂਰਤ ਨਹੀਂ ਹੁੰਦੀ।
ਸਿੱਖਸ ਫਾਰ ਜਸਟਿਸ ਦੀ ਮੁਹਿੰਮ ਜਿਹੜੀ ਹੈ ਉਹ ਹਮੇਸ਼ਾ ਸਾਰਥਕ ਔਰ ਸਹੀ ਸਾਬਤ ਹੋਈ ਹੈ, ਕਿਉਂਕਿ ਅਸੀਂ ਗੁਰੂ ਸਾਹਿਬ ਦਾ ਵੋਟ ਆਸਰਾ ਲੈ ਕੇ ਤੇ ਅਰਦਾਸ ਕਰਕੇ ਤੁਰਦੇ ਹਾਂ ਜੀ। ਜੇ ਅਸੀਂ ਸੱਦਾ ਪੱਤਰ ਦਿੱਤਾ ਕਾਨੂੰਨੀ ਤੌਰ ਤੇ, ਤੁਸੀਂ ਉਹਨਾਂ ਨੂੰ ਰਾਹਦਾਰੀ ਦੇ ਸਕਦੇ ਹੋ ਜਿਹੜੀ ਅਸੀਂ ਦਿੱਤੀ ਹੈ ਕਾਨੂੰਨੀ ਤੌਰ ਤੇ। ਜੇ ਉਹ ਇੱਥੇ ਆਉਣਗੇ ਤੇ ਤੁਸੀਂ ਉਹਨਾਂ ਨੂੰ ਰਿਹਾਇਸ਼ ਦੇ ਸਕਦੇ ਹੋ ਜਿਹੜੀ ਅਸੀਂ ਸਿਰਫ 4 ਦਿਨ ਦਿਆਂਗੇ ਜੀ, ਔਰ ਇਹ ਬਿਲਕੁਲ ਅਸੀਂ ਕਾਨੂੰਨੀ ਤੌਰ ਤੇ ਦਿਆਂਗੇ। ਜਿਹੜੀ ਗੱਲ ਹੈ ਵੀ ਉੱਥੇ ਚੱਕੇ ਜਾਂਦੇ ਆ, ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ, ਪਰ ਜੇ ਫਿਰ ਈਵਨ ਬ੍ਰਿਟੇਨ ਦਾ ਵੀਜ਼ਾ ਲੈਣ ਵਾਸਤੇ ਇੱਕ ਸਿੱਖ ਭਾਰਤ ਦੇ ਕਾਨੂੰਨ ਥੱਲੇ ਡੱਕਿਆ ਜਾਂਦਾ, ਇਸ ਤੋਂ ਵੱਡੀ ਗੁਲਾਮੀ ਸਿੱਖ ਕੌਮ ਦੇ ਗੱਲ ਦੇ ਵਿੱਚ ਕੀ ਹੋਏਗੀ ਔਰ ਕੀ ਤਰੀਕਾਕਾਰ ਹੋਏਗਾ ਕਿ ਉਹਨਾਂ ਨੂੰ ਆਜ਼ਾਦੀ ਵੱਲ ਲੈ ਕੇ ਆਓ। ਅਸੀਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਰਾਹਦਾਰੀ ਭੇਜੀ ਹੈ, ਕਿਸੇ ਨੂੰ ਵੀਜ਼ਾ ਮਿਲੇ ਜਾਂ ਨਾ ਮਿਲੇ ਉਹ ਬ੍ਰਿਟੇਨ ਦੇ ਹਾਈ ਕਮਿਸ਼ਨਰ ਦਾ ਕੰਮ ਹੈ, ਪਰ ਅਸੀਂ ਆਪਣੀ ਗੱਲ ਦੇ ਉੱਤੇ ਪੱਕੇ ਹਾਂ ਕਿ ਜੋ ਸਾਨੂੰ ਕਰੇਗਾ ਉਹਨੂੰ ਅਸੀਂ ਰਾਹਦਾਰੀ ਭੇਜਾਂਗੇ। ਹੁਣ ਜੇ ਉਹਨਾਂ ਨੂੰ ਵੀਜ਼ਾ ਮਿਲ ਗਿਆ, ਉਹਨਾਂ ਨੂੰ ਏਅਰਪੋਰਟ ਤੋਂ ਲੈ ਕੇ ਉਹਨਾਂ ਦੇ ਰੱਖਣ ਦਾ, ਉਹਨਾਂ ਦੇ ਖਾਣ ਪੀਣ ਦਾ ਤੇ ਉਹਨਾਂ ਨੂੰ ਵਾਪਸ ਏਅਰਪੋਰਟ ਤੇ ਪਹੁੰਚਾਉਣ ਦਾ ਕੰਮ ਤੇ ਜ਼ਿੰਮੇਵਾਰੀ ਸਾਡੀ ਹੋਏਗੀ ਜੀ। ਬਿਲਕੁਲ ਪੰਨੂ ਸਾਹਿਬ, ਅੰਤ ਦੇ ਵਿੱਚ ਮੈਂ 12 ਤਰੀਕ ਨੂੰ ਜਿਹੜਾ ਇਹ ਲੰਡਨ ਐਲਾਨਨਾਮਾ ਫੋਰ ਰੈਫਰੈਂਡਮ 2020 ਦਾ ਇੱਕ ਰੈਲੀ ਜਿਹੜੀ ਹੈ ਤੁਸੀਂ ਉਹਦਾ ਐਲਾਨ ਕੀਤਾ ਹੋਇਆ, ਇਹਦੇ ਵਿੱਚੋਂ ਜਿਹੜੀ ਸਿੱਖ ਕੌਮ ਹੈਗੀ ਹੈ, ਜੇ ਸਿੱਖ ਨੁਕਤਾ ਨਿਗਾਹ ਤੋਂ ਗੱਲ ਕਰਨੀ ਹੋਵੇ ਤਾਂ ਸਿੱਖ ਕੌਮ ਇਹਦੇ ਵਿੱਚੋਂ ਕੀ ਐਕਸਪੈਕਟ ਕਰ ਸਕਦੀ ਹੈ, ਕੀ ਇਹ ਮੁਹਿੰਮ ਦਾ ਹਿੱਸਾ ਹੈਗਾ, ਰੋਡ ਮੈਪ ਟੂ 2020 ਇਹਦੇ ਵਿੱਚੋਂ ਕੱਢਣ ਦੀ ਗੱਲ ਹੈ, ਜਾਂ ਕੀ ਜਿਹੜਾ ਐਲਾਨਨਾਮਾ ਹੈਗਾ ਉਹ ਕਿਸ ਗੱਲ ਦਾ ਕੀਤਾ ਜਾਣਾ? ਐਲਾਨਨਾਮਾ ਦੇਖੋ 2014 ਦੇ ਵਿੱਚ 30 ਵਰੇ ਜਦੋਂ ਦਰਬਾਰ ਸਾਹਿਬ ਤੇ ਭਾਰਤੀ ਫੌਜਾਂ ਨੇ ਹਮਲਾ ਕੀਤਾ ਸੀ ਉਦੋਂ ਆਪਾਂ ਸਿੱਖ ਕੌਮ ਦੇ ਸਾਹਮਣੇ ਇਹ ਦੱਸਿਆ ਸੀ ਕਿ ਰੈਫਰੈਂਡਮ 2020 ਦੇ ਵਿੱਚ 2020 'ਚ ਇੱਕ ਰੈਫਰੈਂਡਮ ਗੈਰ ਸਰਕਾਰੀ ਕਰਵਾਵਾਂਗੇ ਜੀ, ਉਹ ਆਪਾਂ ਸਿੱਖ ਕੌਮ ਤੱਕ ਜਿਹੜੀ ਹੈ ਉਹ ਪਹੁੰਚ ਕੀਤੀ ਸੀ। ਲੰਡਨ ਐਲਾਨਨਾਮੇ ਦੇ ਵਿੱਚ ਦੁਨੀਆਂ ਦੇ ਜੋ UN ਦੀਆਂ ਕੰਟਰੀਜ਼ ਹੈ ਉਹਨਾਂ ਨੂੰ ਚੰਦ ਨੁਕਤਿਆਂ ਦੇ ਉੱਤੇ ਕਿ ਸਿੱਖਾਂ ਦੀ ਖੁਦ ਮੁਖਤਿਆਰੀ ਦਾ ਹੱਕ ਯੂਨਾਈਟਿਡ ਨੇਸ਼ਨਸ ਦੇ ਕੋਵਨੈਂਟਸ ਸਿਵਲ ਐਂਡ ਪੋਲੀਟੀਕਲ ਰਾਈਟਸ ਦੇ ਹੇਠਾਂ ਹੈ, ਜਿਹਦੇ 'ਚ ਲਿਖਿਆ ਜਾਂਦਾ ਹਰ ਇੱਕ ਇਨਸਾਨ ਨੂੰ ਖੁਦ ਮੁਖਤਿਆਰੀ ਦਾ ਹੱਕ ਹੈ ਜੀ। ਉਹਨਾਂ ਆਧਾਰ ਦੇ ਉੱਤੇ, ਉਹਨਾਂ ਕੋਵਨੈਂਟਸ ਦੇ ਉੱਤੇ ਇੱਕ ਕੇਸ ਸਾਰੀ ਦੁਨੀਆਂ ਦੇ ਦੇਸ਼ਾਂ ਨੂੰ ਪਾਇਆ ਜਾਊਗਾ ਔਰ ਉਹਨਾਂ ਨੂੰ ਦੱਸਿਆ ਜਾਏਗਾ ਕਿ ਇੱਕ ਨਾਨ ਬਾਈਂਡਿੰਗ ਰੈਫਰੈਂਡਮ 2020 'ਚ ਸਿੱਖ ਕੌਮ ਪੰਜਾਬ ਦੇ ਵਾਸੀ, ਪੰਜਾਬ ਦੇ ਇੰਡੀਜਨਸ ਪੀਪਲ ਕਰਵਾ ਕੇ ਤੁਹਾਡੇ ਤਾਈਂ ਕੇਸ ਪਾਉਣਗੇ, ਤੁਸੀਂ ਤਿਆਰ ਹੋ ਜਾਓ। ਔਰ ਇਹਦਾ ਮੁੱਖ ਮਕਸਦ ਇਹੀ ਹੈ ਕਿ ਜਾਂ ਤੁਸੀਂ ਪੰਜਾਬ ਤੇ ਸਿੱਖ ਕੌਮ ਦੇ ਨਾਲ ਖੜੋਗੇ, ਜੇ ਨਹੀਂ ਖੜੋਗੇ ਤਾਂ ਤੁਸੀਂ ਸਾਈਡ ਤੇ ਹੋ ਕੇ ਸਿਰਫ ਇਹ ਵੇਖੋ ਵੀ ਅਸੀਂ ਆਜ਼ਾਦੀ ਕਿੱਦਾਂ ਲੈਣੀ ਹੈ, ਪਰ ਤੁਸੀਂ ਭਾਰਤ ਦੀ ਦਹਿਸ਼ਤਗਰਦ ਹਕੂਮਤਾਂ ਸਾਥ ਨਹੀਂ ਦੇ ਸਕਦੇ, ਕਿਉਂਕਿ ਇਹਨਾਂ ਨੇ ਪੰਜਾਬ ਦੇ ਮੂਲ ਨਿਵਾਸੀਆਂ ਦੀ, ਸਿੱਖਾਂ ਦੀ, ਧਰਮ ਦੇ ਆਧਾਰ ਤੇ, ਬੋਲੀ ਦੇ ਆਧਾਰ ਤੇ, ਉਹਨਾਂ ਦੇ ਰਾਜਨੀਤਿਕ ਵਿਚਾਰਾਂ ਦੇ ਆਧਾਰ ਤੇ ਦਖਲਕੁਸ਼ੀ ਕੀਤੀ ਹੈ। ਸੋ ਲੰਡਨ ਐਲਾਨਨਾਮਾ ਜਿਹੜਾ ਹੈ ਉਹ ਇੱਕ ਪੂਰੇ ਦੁਨੀਆਂ ਦੇ ਦੇਸ਼ਾਂ ਨੂੰ ਨੋਟਿਸ ਹੋਏਗਾ, ਈਵਨ ਭਾਰਤੀ ਦਹਿਸ਼ਤਗਰਦ ਹਕੂਮਤ ਨੂੰ ਨੋਟਿਸ ਹੋਏਗਾ ਕਿ 2020 ਵਿੱਚ ਗੈਰ ਸਰਕਾਰੀ ਰੈਫਰੈਂਡਮ ਕਰਾ ਕੇ ਪੰਜਾਬ ਨੂੰ ਆਜ਼ਾਦ ਕਰਾਉਣ ਦਾ ਜਿਹੜਾ ਯੂਨਾਈਟਿਡ ਨੇਸ਼ਨ ਤੱਕ ਪਹੁੰਚ ਕਰਨੀ ਹੈ ਉਹਦਾ ਕੇਸ ਭੱਜਦਾ ਹੋਇਆ ਤੁਹਾਡੇ ਵੱਲ ਆ ਰਿਹਾ ਜੀ।
ਪੰਨੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਇਹਨਾਂ ਸਾਰੇ ਸਵਾਲਾਂ ਦਾ ਤੁਸੀਂ ਜਵਾਬ ਦਿੱਤਾ ਹੈ ਅਤੇ ਨਾਲੇ ਆਪਣਾ ਸਮਾਂ ਕੱਢ ਕੇ ਇਸ ਈਵੈਂਟ ਬਾਰੇ, ਰੈਲੀ ਬਾਰੇ, ਲੰਡਨ ਐਲਾਨਨਾਮੇ ਬਾਰੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਸੋ ਇਸ ਪਲੇਟਫਾਰਮ ਤੋਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਅਤੇ ਅੱਜ ਇਸ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ, ਨਵੀਆਂ ਜਦੋਂ ਡਿਵੈਲਪਮੈਂਟਸ ਹੁੰਦੀਆਂ ਨੇ ਲੰਡਨ ਐਲਾਨਨਾਮੇ ਬਾਰੇ ਤਾਂ ਤੁਹਾਡੇ ਨਾਲ ਜ਼ਰੂਰ ਦੁਬਾਰਾ ਰਾਬਤਾ ਕਾਇਮ ਕਰਾਂਗੇ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਇਜਾਜ਼ਤ ਚਾਹਾਂਗੇ ਜੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਤੁਹਾਡਾ ਕਾ ਵੀ ਬਹੁਤ ਬਹੁਤ ਖਾਲਸਾ, ਧੰਨਵਾਦ ਅੰਮ੍ਰਿਤ ਭਾਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਕੀ ਫਤਿਹ। ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਸਿੱਖਸ ਫੋਰ ਜਸਟਿਸ ਦੇ ਲੀਗਲ ਐਡਵਾਈਜ਼ਰ ਗੁਰਪਤਵੰਤ ਸਿੰਘ ਪੰਨੂ ਹੋਰਾਂ ਦੇ ਨਾਲ ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv 'ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਅਤੇ ਮੰਥਲੀ ਡੋਨੇਸ਼ਨ ਦੇ ਲਈ ਪਲੈਜ ਕਰ ਸਕਦੇ ਹੋ। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਸੋਮਵਾਰ ਨੂੰ ਅਗਲੇ ਹਫ਼ਤੇ ਤੁਹਾਡੇ ਨਾਲ ਦੁਬਾਰਾ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।